ਕਿ ਸ਼ਿਕਾਹ ਕਰਿਆ ਨੀ ਤੇਰੀ ਫੈਨ ਇਹ ਮਾਰ ਖਾਣੀ ਆਂਦਾ ਇਹਨੂੰ ਵੀ ਕੀ ਵੀ ਇਕਮ ਚੱਲ ਕੁੜੀਆਂ ਨੇ ਗਲਤ ਨਾ ਬੋਲਿਆ ਕਰੋ ਤੇਰੀ ਫੈਨ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਤੇ ਸਾਰੇ ਭਰਾਵਾਂ ਨੂੰ ਅੱਜ ਦੀ ਜਿਹੜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਜੇ ਤੱਕ ਮੈਨੂੰ ਪਤਾ ਵੀ ਚੈਨਲ ਕਈਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੇ ਬਿਨਾ ਸਬਸਕ੍ਰਾਈਬ ਕੀਤੇ ਵੀਡੀਓ ਦੇਖੀ ਜਾ ਰਹੇ ਵੇਖੋ ਹੈ ਗੱਲ ਕਰਨ ਨਾਲ ਐ ਐਸਪੋਰਟ ਚਲੋ ਹਾਸਾ ਮਜ਼ਾਕ ਤੇ ਇੱਕ ਸਾਈਡ ਤੇ ਪਰ ਸਚਾਈ ਇਹੋ ਹੀ ਹੈ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਇੰਸਟਾਗ੍ਰਾਮ ਤੇ ਗੰਦ ਪਿਆਰਾ ਉਹਨਾਂ ਦੇ ਫੋਲੋਅਰ ਆਪਣੇ ਨਾਲ ਵੱਧ ਕੇ ਹੈ ਤੇ ਦਾ ਮਤਲਬ ਵੀ ਫਿਰ ਉਹ ਜਿਆਦਾ ਵਧੀਆ ਲੋਕ ਹੋਏ ਗੰਦ ਪਾਣ ਵਾਲੇ ਜਿਆਦਾ ਵਧੀਆ ਹੋਏ ਫਿਰ ਯਾਰ ਮੈਨੂੰ ਨਾ ਬੜੀ ਸ਼ਰਮ ਆਂਦੀ ਹੈ ਕਈ ਵਾਰੀ ਕਿ ਆਪਾਂ ਗੰਦ ਦੇ ਖਿਲਾਫ ਬੋਲ ਰਹੇ ਆ ਤੇ ਆਪਣੇ ਫੋਲੋਅਰਸ ਉਹਨਾਂ ਤੋਂ ਘਟਨੇ ਜਿਹੜੇ ਗੰਦ ਪਾ ਰਹੇ ਤੇ ਫੇਮਸ ਕੌਣ ਹੋਇਆ ਚੰਗਾ ਕੌਣ ਹੋਇਆ ਫਿਰ ਲੋਕੀ ਕਿਹਨਾਂ ਨੂੰ ਦੇਖਣਾ ਪਸੰਦ ਕਰਦੇ ਗੰਦ ਪਾਣ ਵਾਲਿਆਂ ਨੂੰ ਬੱਤ ਸਹੀ ਹੈ ਚਲੋ ਬਾਕੀ ਜਿਨ੍ਹਾਂ ਭਰਾਵਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਦਾ ਚੈਨਲ ਉਹਨਾਂ ਦਾ ਦਿਲ ਤੋਂ ਧੰਨਵਾਦ ਹੈ ਮੈਨੂੰ ਖੁਸ਼ੀ ਹੁੰਦੀ ਹੈ ਕਿ ਕੁਝ ਲੋਕ ਹੈਗੇ ਆ ਜਿਹੜੇ ਆਪਣੇ ਨਾਲ ਜੁੜੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਪਿਆਰ ਨਾਲ ਪੰਜਾਬ ਨਾਲ ਪਿਆਰ ਆਪਣੇ ਪੰਜਾਬੀ ਕਲਚਰ ਨਾਲ ਪਿਆਰ ਹੈ ਉਹਨਾਂ ਨੂੰ ਦੁੱਖ ਹੈ ਪੰਜਾਬ ਦੇ ਵਿੱਚ ਗੰਦ ਪੈ ਰਿਆ ਚਲੋ ਕੁਝ ਹੁਣ ਭਰਾ ਹੈਗੇ ਜਿਹੜੇ ਪੰਜਾਬ ਦੇ ਬਾਰੇ ਬੋਲਣਾ ਚਾਹੁੰਦੇ ਆ ਪਰ ਉਹ ਹੁਣ ਮਤਲਬ ਉਹਨਾਂ ਦਾ ਉਹਨਾਂ ਕੋਲ ਪਲੇਟਫਾਰਮ ਨਹੀਂ ਹੈਗਾ ਚਲੋ ਆਪਾਂ ਬੋਲ ਰਹੇ ਆ ਤੋਹੀਂ ਬਸ ਮੈਂ ਹੋਈ ਬੇਨਤੀ ਕਰਨਾ ਵੀ ਕਮ ਸੇ ਕਮ ਸਪੋਰਟ ਤੇ ਕਰੋ ਆ ਦੇਖੋ ਕਲਯੁਗੀ 3 ਜਿਹੜੀਆਂ ਜੰਮੀ ਦੀਆਂ ਮਾਪਿਓ ਨੇ ਉਹ ਕੀ ਕਰ ਰਹੀਆਂ ਵੇ ਦਿਲ ਜਾਨੀ ਯਾਰਾ ਸਲੂਟ ਐ ਇਹੋ ਜਿਹਾਂ ਦੇ ਮਾਪਿਓ ਨੂੰ ਜਿਹੜੇ ਮਾਪਿਓ ਇਹੋ ਜਿਹੀਆਂ ਧੀਾਂ ਜੰਮ ਦਿੱਤੀਆਂ ਤੇ ਸਿਗਟਾਂ ਪੀ ਰੀਆਂ ਕਿੱਡੀ ਮਾਪਿਓ ਦੀ ਸ਼ਾਨ ਵਧਾ ਰੀਆਂ ਕੋਈ ਸ਼ਰਮ ਨਹੀਂ ਆਂਦੀ ਪਈ ਕਿ ਤੂੰ ਸਿਗਟਾਂ ਫੂਕਣ ਢੀ ਆ ਜਿਹੜੇ ਕਮਰੇ ਚ ਰਹਿ ਰੀਆਂ ਨੇ ਇਹ ਪਿੰਡਾਂ ਚੋਂ ਆਈ ਦੀਆਂ ਨੇ ਆ ਕੇ ਇੱਥੇ ਕਮਰੇ ਲੇਦੇ ਆ 2 ਤੋਂ 3 ਤਿੰਨ 000 ਰੁਪਏ ਦੇ ਉੱਥੇ ਰਹੀ ਜਾਂਦੀਆਂ ਨਾਲ ਆਸ਼ਿਕ ਯਾਰ ਤੇ ਉੱਥੇ ਇਕੱਠੀਆਂ ਰਾਤ ਸਿਕਟਾਂ दारू ਸਭ ਕੁਝ ਚੱਲਦਾ ਤੇ ਮਾਪਿਓ ਅੰਨੇ ਹੋ ਗਏ ਦੇ ਨੇ 3ਾਂ ਜੰਮ ਕੇ ਸੋਟੜੀ ਦੀਆਂ ਹੋ ਜੀਆਂ ਕੰਜਰੀਆਂ ਜਿਹੜੀਆਂ ਕਿ ਸ਼ਰਿਆਮ ਵੇਖੋ ਸਿਕਟਾਂ ਵੀ ਪੀ ਰੀਆਂ ਕੋਈ ਭਰਾ ਨਹੀਂ ਇਹਨਾਂ ਦਾ ਪਤਾ ਨਹੀਂ ਯਾਰ ਮੈਨੂੰ ਤਾਂ ਸਮਝ ਨਹੀਂ ਆਂਦੀ ਵੀ ਇਹ ਕਿਹੜਾ ਸਮਾਜ ਆ ਕਿਦਾਂ ਦਾ ਸਮਾਜ ਹੋ ਗਿਆ ਵੀ ਕਿਸੇ ਨੂੰ ਵੀ ਨਹੀਂ ਲੱਗਦਾ ਵੀ ਤੁਹਾਡੀਆਂ 3ਾਂ ਕਰ ਕੀ ਰਹੀਆਂ ਯਾਰ ਕੀ ਕੁੜੀਆਂ ਤੁਹਾਡੀਆਂ ਕਰ ਕੀ ਰਹੀਆਂ ਯਾਰ ਕੁਛ ਰੋਕੋ ਉਹਨਾਂ ਨੂੰ ਕੋਈ ਮੋੜ ਲਓ ਬੰਦ ਕਰੋ ਹੱਥ ਜੋੜ ਕੇ ਮੈਂ ਪੰਜਾਬ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਨਾ ਨਿੱਕੀਆਂ ਨਿੱਕੀਆਂ ਕੁੜੀਆਂ ਨਾਲ ਰੇਪ ਹੋਣੇ ਸ਼ੁਰੂ ਹੋ ਗਏ ਆ ਉਹ ਕੀ ਆ ਕਿ ਸਾਹਮਣੇ ਤਾਂ ਨਹੀਂ ਆਂਦੇ ਕਿ ਸ਼ਰਮ ਦੇ ਮਾਰੇ ਕੁਛ ਮਾਪਿਓ ਸ਼ਰਮ ਦੇ ਮਾਰੇ ਥਾਣੇ ਵਿੱਚ ਨਹੀਂ ਰਿਪੋਰਟ ਕਰਵਾਣ ਜਾਂਦੇ ਕੀ ਸਾਡੀ ਧੀ ਨਾਲ ਕੀ ਹੋਇਆ ਕੀ ਦਸੀਏ ਸਮਾਜ ਨੂੰ ਸ਼ਰਮ ਦੇ ਮਾਰੇ ਔਰ ਦੂਜੀ ਗੱਲ ਆਪਣਾ ਸਿਸਟਮ ਹੈ ਹੋਜਿਆ ਇਨਸਾਫ ਤੇ ਮਿਲਣਾ ਰਿਹਾ ਹੈ ਨਾ ਔਰ ਇਹ ਕਿਉਂ ਹੋ ਰਿਹਾ ਅੱਜ ਹੌਲੀ-ਹੌਲੀ ਚੱਲ ਰਿਹਾ ਇੱਕ ਦਿਨ ਵਧਨਾ ਵੀ ਅੱਗੇ ਕੰਮ ਆਪਣੇ ਲੋ ਹੱਥ ਖੜੇ ਆ ਜੀ ਨਾ ਕਿਉਂਕਿ ਜਦੋਂ ਬੋਲ ਰਹੇ ਆ ਰੋਲਾ ਪਾ ਰਹੇ ਆ ਮਤਲਬ ਅੱਜ ਆਪਾਂ ਸਿਰਦਰਦੀ ਲੈ ਰਹੇ ਆ ਰੋਲਾ ਪਾ ਰਹੇ ਆ ਕੋਈ ਨਹੀਂ ਮਤਰਾ ਇਸ ਚੀਜ਼ ਉੱਤੇ ਗੌਰ ਕਰਦਾ ਕਿਸੇ ਨੂੰ ਕੋਈ ਪਰਵਾਹ ਨਹੀਂ ਬਟ ਜਿੱਦਨ ਕਾਂਡ ਹੋਣੇ ਸ਼ੁਰੂ ਹੋ ਗਏ ਆ ਵੇਹੇ ਪਰ ਜਿੱਦਨ ਵਧਦੇ ਜਾਣੇ ਨਾ ਹੋਰ ਵਧਨੇ ਆ ਜੀ ਤੇ ਮੇਰੇ ਹੱਥ ਖੜੇ ਆ ਆਪਣੇ ਲੋ ਕੋਰੀ ਨਾ ਆ ਜੀ ਮੈਂ ਕਿਸੇ ਵੀ ਕੁੜੀ ਦੇ ਹੱਕ ਚ ਨਹੀਂ ਜੇ ਚਾਹੇ ਕੋਈ ਵੀ ਹੋਵੇ ਯਾਰ ਇਹ ਮੇਰਾ ਪ੍ਰੋਮਿਸ ਹੈ ਜੀ ਟਰੋੜਨਾ ਮੈਂ ਇਹਨਾਂ ਦੇ ਹੱਕ ਚ ਨਹੀਂ ਹੈਗਾ ਇਹੋ ਜਿਹੇ ਮਾਪਿਓ ਵੀ ਸੁਣ ਲੈਣ ਤੁਸੀਂ ਆਪੇ ਜੋ ਕਰਨਾ ਕਰਿਓ ਆਪਣੇ ਲੋ ਕੋਈ ਸਪੋਰਟ ਨਹੀਂ ਜੀ ਤੁਹਾਨੂੰ ਇਹੋ ਜੀਆਂ ਕੁੜੀਆਂ ਜਿਹੜੀਆਂ ਗੰਦ ਪਾ ਰਹੀਆਂ ਉਹਨਾਂ ਦੇ ਮਾਪਿਓ ਨੂੰ ਵੀ ਮੈਂ ਇਹ ਗੱਲ ਕਹਿਣਾ ਚਾਹਾਂ ਅੱਗੇ ਦੇਖੋ ਅੱਜ ਇਹ ਮਤਲਬ ਜੰਮੀ ਵੀ ਨਹੀਂ ਪੂਰੀ ਤਰ੍ਹਾਂ ਮਤਲਬ ਕਿ ਅਜੇ ਕੀ ਟੂਆ ਧੋਣੇ ਵੀ ਨਹੀਂ ਆਂਦਾ ਕਹਿਣ ਦਾ ਮਤਲਬ ਉਹਨਾਂ ਨੂੰ ਟੂਆ ਵੀ ਮੰਮੀ ਨੂੰ ਕਹਿੰਦੀ ਨੇ ਵੀ ਮੰਮੀ ਧੋਦੇ ਟੂਆ ਤੇ ਆਹ ਹਰਕਤਾਂ ਵੇਖੋ ਤੁਸੀਂ ਦੇਖੋ ਯਾਰ ਇਹ ਨੱਕ ਨਹੀਂ ਨੂੰ ਪੁੰਜਨੇ ਆਂਦਾ ਹਣਾ ਸੀਂਡ ਵਗ ਜਾਂਦਾ ਹੈਗਾ ਨਾ ਤੇ ਨੱਕ ਨਹੀਂ ਸਾਫ਼ ਕਰਨੇ ਆਂਦਾ ਨੂੰ ਤੇ ਵੀਡੀਓ ਬਣਾਣੇ ਨੂੰ ਆ ਗਈ ਹੈ ਰੀਲਾਂ ਬਣਾਣੇ ਆ ਗਈਆਂ ਕਿਉਂ ਆ ਗਈਆਂ ਕਿੱਦਾਂ ਆ ਗਈਆਂ ਇਹ ਵੱਡੀਆਂ ਜਿਹੜੀਆਂ ਇਹਨਾਂ ਦੀਆਂ ਮਤਲਬ ਜਿਹੜੀਆਂ ਗੰਦ ਪਾ ਰਹੀਆਂ ਨੇ ਇੱਥੇ ਮੁਜਰਾ ਕਰਨ ਵਾਲੀਆਂ ਜਿਹੜੀਆਂ ਇੱਥੇ ਰੰਗਾ ਰੰਗ ਪ੍ਰੋਗਰਾਮ ਕਰਦੀਆਂ ਜਿਹੜੀਆਂ ਜਿਹੜੀਆਂ ਇੰਸਟਾਗ੍ਰam ਤੇ ਰੰਗ ਰੰਗ ਪ੍ਰੋਗਰਾਮ ਕਰਦੀਆਂ ਜਿਹੜੀਆਂ ਸ਼ਰਿਆਮ ਗੰਦ ਪਾਇਆ ਜਿਨ੍ਹਾਂ ਨੇ ਉਹ ਉਹਨਾਂ ਨੂੰ ਵੇਖ-ਵੇਖ ਕੇ ਆ ਨਿੱਕੀ ਨਿੱਕੀਆਂ ਬੱਚੀਆਂ ਹੁਣ ਚਲੋ ਇਹਦਾ ਕੀ ਬੱਚੀ ਨੂੰ ਮੈਂ ਕੀ ਕਮਾ ਜਦੋਂ ਮਾਪਿਓ ਹੀ ਕੰਜਰ ਹੋਣ ਆ ਚੈੱਕ ਕਰੋ ਯਾਰਾ ਇਹ ਰੋਲੇ ਵਿੱਚ ਬੰਦੀ ਆਈ ਬੰਦੀ ਆ ਕੋਈ ਇਹ ਇਹਦਾ ਆਪਣਾ ਮਾਪਿਓ ਐ ਆ ਜਿਹੜੀ ਕੁੜੀ ਦੀ ਛੋਟੀ ਜੀ ਦੀ ਵੀਡੀਓ ਹੈ ਨਾ ਇਹ ਇਹਦਾ ਮਾਪਿਓ ਐ ਜਦੋਂ ਮਾਪਿਓ ਹੀ ਇੰਨੇ ਬਿਸ਼ਰਮ ਨੇ ਮਾਪਿਓ ਵੀ ਇਹੋ ਜਿਹੀਆਂ ਹਰਕਤਾਂ ਕਰ ਰਹੇ ਆ ਤੇ ਬੱਚੀ ਬੱਚੇ ਨੇ ਹਟਣਾ ਮਾਪਿਓ ਨਹੀਂ ਮਤਲਬ ਕਿ ਸ਼ਰਮ ਕਰਦਾ ਤਾਂ ਕਿ ਨਿਆਣੇ ਨੂੰ ਕੀ ਰੁਕਣਾ ਹਨ ਨੇ ਇਹ ਹਾਲ ਐ ਥੋਂ ਦਾ ਆਪਣੇ ਮਤਲਬ ਪੰਜਾਬ ਦਾ ਇਹ ਕੋਈ ਬਾਹਰ ਦੀਆਂ ਵੀਡੀਓ ਨਹੀਂ ਆ ਪੰਜਾਬ ਦੀਆਂ ਨੇ ਆਪਣੇ ਲੋਕਲ ਕੋਈ ਸ਼ਰਮ ਨਹੀਂ ਐ ਕੋਈ ਅਕਲ-ਮੋਤ ਨਹੀਂ ਐ ਪੜ੍ਹਾਈ ਲਿਖਾਈ ਦਾ ਨਿਆਣਿਆਂ ਨੂੰ ਵੀ ਪਤਾ ਮਾਪਿਓ ਨੂੰ ਨਹੀਂ ਮਤਲਬ ਕਿ ਆਡਾ ਬੱਚਾ ਪੜ੍ਹ ਜਾਏਗਾ ਤੇ ਚੱਲ ਗਾਂ ਕੋਈ ਅਫਸਰ ਬਣ ਜਾਏਗਾ ਨਾ ਬਣਾਣਾ ਕੀ ਆ ਆਪਣੀਆਂ ਕੁੜੀਆਂ ਨੂੰ ਮਾਡਲ ਡਾਂਸਰ ਪਹਿਲਾਂ ਮੁਜਰਾ ਲੋਕ ਬਾਹਰ ਜਾਂਦੇ ਰਿਹਾ ਪੈਸੇ ਦੇ ਕੇ ਵੇਖਣ ਤੇ ਅੱਜ ਕੱਲ ਪੈਸੇ ਖਰਚੋ نیٹ ਪਾਓ ਤੇ ਤੁਹਾਡੇ ਘਰੇ ਬੈਠੇ ਫੋਨ ਦੇ ਉੱਤੇ ਮੁਜਰਾ ਵੇਖੋ ਇਹ ਬੜੀ ਅੱਛੀ ਬਾਤ ਕਹੀ ਆਪੇ ਪੰਜਾਬ ਦੇ ਵਿੱਚ 95% ਤੇ ਕੁੜੀਆਂ ਇਹੋ ਜੀਆਂ ਜਿਹੜੀਆਂ ਮੁਜਰਾ ਹੀ ਕਰਦੀਆਂ ਜਿਹੜੀਆਂ ਡਾਂਸ ਹੀ ਕਰਦੀਆਂ ਜਿਨ੍ਹਾਂ ਦਾ ਟੈਲੈਂਟ ਕੀ ਆ ਉਧਰ ਟੂ ਆ ਹਲਾਣਾ ਹੈ ਚੁੱਤੜ ਹਲਾ ਕੇ ਦੱਸਣਾ ਸਮਾਨ ਦੱਸਣਾ ਆਪਣਾ ਲੱਖ ਦੀ ਲਾਣਤ ਆ ਯਾਰ ਭੈਣੋ ਪੰਜਾਬ ਦੇ ਵਿੱਚ ਹੋਕ ਹੀ ਰਿਹਾ ਜੇ ਬੋਲੀਏ ਤੇ ਫਿਰ ਸਪੋਰਟ ਨਹੀਂ ਕਰਨੀ ਉਦਾਂ ਕਹਿਣਗੇ ਜੀ ਆਹ ਕੋਈ ਬੋਲਦਾ ਨਹੀਂ ਪੰਜਾਬ ਦੇ ਵਿੱਚ ਗੰਦ ਪੈ ਰਿਆ ਤੇ ਅੱਜ ਬੋਲ ਰਹੇ ਆ ਤੇ ਸਪੋਰਟ ਕਰਨ ਵਾਲਾ ਹੀ ਕੋਈ ਨਹੀਂ ਇੰਸਟਾਗ੍ਰam ਦਾ ਨਾਮ ਇੰਸਟਾਗ੍ਰam ਨਹੀਂ ਹੋਣਾ ਚਾਹੀਦਾ ਰੰਡੀਗ੍ਰam ਇੰਸਟਾਗ੍ਰam ਹੀ ਰੰਡੀਗ੍ਰam ਇਹਦਾ ਨਾਮ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਯਾਰ ਇੰਸਟਾਗ੍ਰam ਨਾਲ ਬੰਦੀ ਹੋਣਾ ਚਾਹੀਦਾ ਚੱਲ ਝੂਠਾ ਅੱਖ ਮੇਰੀ ਦੋਸਮਾਰੀ ਦੋਸਮਾਰੀ ਲੜ ਲੜ ਜਾਵੇ ਵੇਖੋ ਭਰਾ ਐਨੀ ਕੀ ਜੀ ਨਹੀਂ ਮਾਨ ਵੇਖੇ ਨਖਰੇ ਵੇਖੇ ਵੱਡੀ ਕੁੜੀ ਨੇ ਇਦਾਂ ਨਖਰੇ ਕਰਦੀ ਹੁੰਦੀ ਜਿਹੜੀ ਆ ਲਿਖੀ ਉਹ ਯਾਰ ਕੁੜੀਆਂ ਕਰ ਕੀ ਰਹੀਆਂ ਆ ਭਰਾ ਔਰ ਇਹਨਾਂ ਨੂੰ ਕੀ ਕਹੀਏ ਯਾਰ ਔਰ ਇਹਦੇ ਕਮੈਂਟਾਂ ਦੇ ਵਿੱਚ ਕੋਈ ਦਿਲ ਭੇਜ ਰਿਹਾ ਚੁੰਮੀਆਂ ਭੇਜ ਰਿਹਾ ਪੱਪੀਆਂ ਭੇਜ ਰਿਹਾ ਅਗ ਲਵ ਯੂ ਮਿਸ ਯੂ ਬੰਦੇ ਕਿੱਡੇ ਕਿਡੇ ਵੱਡੇ ਬੰਦੇ ਜਿਹੜੇ ਇਹਨਾਂ ਨੂੰ ਮਤਲਬ ਹੀ ਗਲਤ ਮੈਸੇਜ ਕਰ ਰਹੇ ਨੇ ਮਨੁਸ ਦਾ ਸੁਮੇਂ ਨਹੀਂ ਆਦੀ ਯਾਰ ਪੀਏ ਦੇ ਕੋਲ ਲੈਣਾ ਕੀ ਐ ਡੀਜੀ ਕੋਲ ਕੀ ਲੈਣਾ ਤੁਸੀਂ ਵਧੀਆ ਮਾਹੌਲ ਹੈ ਐਸੀ ਵੀ ਗੱਲ ਨਹੀਂ ਇੱਕ ਨੰਬਰ 'ਚ ਹੈ ਮਾਹੌਲ ਸੱਤ ਨੰਬਰ ਤੇ ਹੈ ਹੂੰ ਕਿਉਂ ਮਾਰਨੀ ਆ ਕਿਉਂ ਪਾੜਨੀ ਆ ਇਹਨੂੰ ਮਾਰਨਾ ਤੁਸੀਂ ਹੁਣ ਜੇ ਮੈਂ ਮਤਲਬ ਕੋਈ ਗਲਤ ਕਹਿ ਤਾ ਫੇ ਲੋਕਾਂ ਕਹਿਣਾ ਵੀ ਤੂੰ ਗਲਤ ਬੋਲਦਾ ਸੌਰੀ ਇਹ ਸਭ ਕੁਝ ਕਰਦੀ ਪਈ ਐ ਮਾਪਿਓ ਤੇ ਹੋਣਗੇ ਭਰਾ ਹੋਣਗੇ ਰਿਸ਼ਤੇਦਾਰ ਹੋਣਗੇ ਪਰ ਨਹੀਂ ਮਾਪਿਓ ਖੁਸ਼ ਹੁੰਦੇ ਆ ਸਾਡੀ ਕੁੜੀ ਤੇ ਵਾਇਰਲ ਹੋ ਗਈ ਐ ਸਾਡੀ ਕੁੜੀ ਤੇ ਫੇਮਸ ਹੀ ਬੜੀ ਐ ਸਾਡੀ ਕੁੜੀ ਚ ਤੇ ਮਤਲਬ ਟੈਲੈਂਟ ਐ ਇਹੋ ਜੇ ਮਤਲਬ ਇਹਦਾ ਨਖਰੇ ਕਰਦੀ ਐ ਟੈਲੈਂਟ ਇਹ ਕਿਹੜਾ ਟੈਲੈਂਟ ਹੈ ਬਾਅਦ ਚੋਂ ਨੇ ਭੱਜ ਭੁੱਜੀ ਜਾਣਾ ਕਿਸੇ ਨਾਲ ਬਾਅਦ ਚ ਕਹਿ ਲਿਓ ਵੀ ਇਹ ਵੀ ਟੈਲੈਂਟ ਹੀ ਜੋ ਭੱਜ ਜੇਗੀ ਤੇ ਫਿਰ ਬਾਅਦ ਉਹ ਵੀ ਟੈਲੈਂਟ ਹੀ ਹੁੰਦਾ ਅੱਲੇ ਉਹ ਇਤਨੇ ਵੀ ਨਹੀਂ ਮਾਰੇ ਥੇ ਲੁਕ ਲੁਕ ਕੇ ਵੇਖਣ ਲਾ ਇੱਕ ਤੁਹਾਡਾ ਟਾਈਮ ਹੁੰਦਾ ਸੀ ਸਾਰੀ ਦਿਹਾੜੀ ਸਾਨੂੰ ਬਸ ਕੀ ਕਰਨਾ ਮੁਰਗਾ ਬਣਾ ਦੇਣਾ ਤੇ ਆਪਾਂ ਮੁਰਗੇ ਬਣੇ ਰਹਿਣਾ ਕੁੜੀਆਂ ਸਾਹਮਣੇ ਨਹੀਂ ਸ਼ਰਮ ਆਉਂਦੀ ਰਹੀ ਐ ਨਾ 10ਵੀਂ 12ਵੀਂ ਤੱਕ ਤੇ ਕੁੜੀਆਂ ਨੂੰ ਮਤਲਬ ਪਤਾ ਹੀ ਫੇਰ ਲੱਗਿਆ ਸੀ ਵੀ ਗੋਤ ਵੀ ਕਰੀਦਾ ਆਪਣੇ ਆਪ ਹੈ ਨਾ ਇਹ ਅੱਜ ਵੇਖੋ ਜਮਦੀਆਂ ਹੀ ਮਾਡਲ ਜਮਦੀਆਂ ਹੀ ਮੋਡਲਿੰਗ ਕਰ ਰਹੀਆਂ ਤੇ ਆਡੂ ਨੇ ਸ਼ਰਮ ਆਂਦੀ ਰਹੀ ਆ ਨਾ ਕੁੜੀਆਂ ਸਾਹਮਣੇ ਮੁਰਗਾ ਬਣਾ ਦੇਣਾ ਤੇ ਵੇਖਣਾ ਥੱਲੋ ਦੀ ਮੁਰਗੇ ਬਣੇ ਦੇ ਵੀ ਵੇਖਣ ਤੇ ਨਹੀਂ ਬਈ ਕੋਈ ਬੇਇੱਜ਼ਤੀ ਬੜੀ ਹੁੰਦੀ ਰਹੀ ਆ ਯਾਰ ਉਹ ਵੀ ਇੱਕ ਟਾਈਮ ਤੇ ਅੱਜ ਦੀ ਡੇਟ 'ਚ ਵੇਖੋ ਜਮਦੀ ਕੁੜੀ ਮਾਡਲ ਇੰਸਟਾਗ੍ਰਾਮ ਤੇ ਭਰਾਵਾ ਜੰਮਦੀਆਂ ਹੀ ਕੁੜੀਆਂ ਮੋਡ ਮੈਨੂੰ ਤੇ ਇਹ ਨਹੀਂ ਸਮਝ ਆਂਦੀ ਹੁਣ ਅੱਗੇ ਕਿ ਜਦੋਂ ਜੰਮਣਾ ਨਾ ਬੱਚਾ ਉਹਨੇ ਬਾਹਰ ਨਿਕਲਦੇ ਹੀ ਮਤਲਬ ਰੀਲ ਬਣਾ ਲੱਗ ਪਣਾ ਕਰਨਾ ਜੰਮਦੀ ਵੀ ਮੈਂ ਅੰਦਰ ਰਿਆ ਉਹਨੇ ਅੰਦਰੋਂ ਬਾਹਰ ਜਦੋਂ ਨਿਕਲਣਾ ਉਹਨੇ ਵਲੋਗ ਬਣਾ ਦੇਣਾ ਮੈਂ 9 ਮਹੀਨੇ ਅੰਦਰ ਰਿਆ ਮੈਨੂੰ ਪਤਾ ਕਿੱਦਾਂ ਰਿਆ ਮੈਂ ਅੰਦਰ ਗਾਣੇ ਸੁਣਦਾ ਰਿਆ ਮੰਮੀ ਬਾਅਦ ਚ ਡਾਂਸ ਕਰਦੀ ਰਹੀ ਆ ਇੰਸਟਾਗ੍ਰਾਮ ਤੇ ਮੈਨੂੰ ਸਾਰਾ ਪਤਾ ਉਹ ਜੰਮਦਾ ਹੀ ਬੱਚਾ ਅੱਜ ਕੱਲ ਵੀ ਵੀਡੀਓ ਉਹ ਤਾਂ ਹੀ ਤੇ ਮਾਵਾ ਨਹੀਂ ਹਟਦੀਆਂ ਤੇ ਫਿਰ ਉਹੋ ਕੁਛ ਹੀ ਮਤਲਬ ਉਹਨੂੰ ਸੁਣਾਉਂ ਲਿਆ ਹੁੰਦਾ ਅੰਦਰ ਉਹ ਵੀ ਬਾਹਰ ਆਂਦੇ ਡਾਂਸ ਲਾਗ ਪੰਦਾ ਕਰਨ ਮਸ਼ੀ ਚੋਲ ਗੈਂਗ ਮੈਂ ਇੱਕ ਰਿਕਵੈਸਟ ਕਰਨਾ ਚਾਹਨਾ ਰੋਕ ਲੋ ਅਜੇ ਵੀ ਮੌਕਾ ਜੇ ਰੋਕ ਲੋ ਆਪਣੀਆਂ ਤਿਆਂ ਨੂੰ ਬਾਅਦ ਚ ਨਾ ਪਛਤਾਇਓ ਨਾ ਜੇ ਕੁਛ ਹੋ ਗਿਆ ਨਾ ਕਾਂਡ ਵੱਡਾ ਤੇ ਫਿਰ ਰੋਇਓ ਨਾ ਫਿਰ ਨਾ ਕਿਆ ਕਰੋ ਵੀ ਆਡੀ ਕੁੜੀ ਨੂੰ ਇਨਸਾਫ ਦਿਵਾਓ ਫਿਰ ਮੋਮਬਤੀਆਂ ਨਾ ਮਤਲਬ ਫੂਕਿਆ ਕਰੋ ਜ਼ਿਆਦਾ ਕੁਛ ਨਹੀਂ ਹੋਣਾ ਬਾਅਦ ਚ ਪੜਾ ਲਓ ਆਪਣੀਆਂ ਬੱਚੀਆਂ ਨੂੰ ਸਭ ਕੁਝ ਪੜਾਈ ਲਿਖਾਈ ਹੈ ਐਜੂਕੇਸ਼ਨ ਸਭ ਤੋਂ ਵੱਡੀ ਚੀਜ਼ ਹੈ ਆਪਣੀ ਗਰੀਬਾਂ ਦੀ ਸਭ ਤੋਂ ਵੱਡਾ ਹਥਿਆਰ ਜਿਹੜਾ ਉਹ ਹੈ ਪੜਾਈ ਪੜਾ ਲਖਾ ਲਓ ਇਹਨਾਂ ਦਾ ਕੁਝ ਨਹੀਂ ਹੋਣਾ ਕੱਲ ਨੂੰ ਜਦੋਂ ਇਹ ਜਿਹੜੀਆਂ ਕੁੜੀਆਂ ਨੂੰ ਤੁਸੀਂ ਇੰਸਟਾਗ੍ਰam ਤੇ ਗੁਜਾ ਰਹੀਆਂ ਨਾ ਜਿਹੜੇ ਮਾਪੇ ਗੁਜਾ ਰਹੇ ਆ ਜਦੋਂ ਵਿਆਹ ਹੋਣਾ ਨਾ ਤੇ ਉੱਥੇ ਵੀ ਇੰਸਟਾਗ੍ਰam ਤੇ ਜਦੋਂ ਉਹਨਾਂ ਕਹਿੰਦਾ ਨਾ ਰੋਟੀ ਬਣਾ ਤੇ ਉੱਥੇ ਰੋਟੀ ਨਹੀਂ ਉੱਥੇ ਰੀਲ ਬਣਾਦੀ ਹੁੰਦੇ ਜੁੱਤੀਆਂ ਵੱਜਣੀਆਂ ਫਿਰ ਗਿਚੀ ਚੋ ਪੇੜਾ ਨਹੀਂ ਕਰਨੀ ਟੱਚ ਐਦਾਂ ਜਦੋਂ ਕਹਣਾ ਕਰਨਾ ਨਾ ਰੋਟੀ ਬਣਾ ਲਾ ਤੇ ਉਹਨੇ ਕਹਣਾ ਮੈਨੂੰ ਤੇ ਆਂਦੀ ਨਹੀਂ ਰੋਟੀਆਂ ਬਣਾ ਲੈ ਤੇ ਇਹ ਆਉਣਾ ਕਰਨਾ ਫਿਰ ਉੱਥੇ ਚੁਪੇੜਾਂ ਚਲਣੀਆਂ ਕਰਨੀਆਂ ਤੇ ਫਿਰ ਬਾਜੂ ਕਾਰ ਆਂਦੀ ਹੁੰਦੀਆਂ ਰੱਬ ਦਾ ਵਾਸਤਾ ਬੱਸ ਕਰੋ ਮੈਂ ਪਲੀਜ਼ ਰਿਕਵੈਸਟ ਕਰਨਾ ਚਾਹਨਾ ਆ ਜਿਹੜੇ ਮਾਪਿਓ ਨੇ ਜਿਹੜੀਆਂ ਕੁੜੀਆਂ ਦੇ ਮਾਪਿਓ ਜੇ ਮੇਰੀ ਵੀਡੀਓ ਵੇਖ ਰਹੇ ਹੋ ਆਪਣੇ ਬੱਚਿਆਂ ਨੂੰ ਰੋਕੋ ਬਹੁਤ ਮਾੜਾ ਟਾਈਮ ਆ ਰਿਹਾ ਅੱਗੇ ਇਹ ਇੰਸਟਾਗ੍ਰam ਨੇ ਬੀੜਾ ਕਰ ਕਰਤਾ ਸਮਾਜ ਦਾ ਪੜਾਈ ਲਿਖਾਈ ਵਾਲ ਕੋਈ ਬੱਚੇ ਦਾ ਧਿਆਨ ਨਹੀਂ ਆ ਜਿਹੜੇ ਸਕੂਲਾਂ ਚ ਵੇਖੋ ਕੁੜੀਆਂ ਉਥੇ ਸਕੂਲਾਂ ਚ ਵਿੱਚ ਯੂਨੀਫਾਰਮ ਪਾਈ ਦੀ ਸਕੂਲਾਂ ਚ ਰੀਲਾਂ ਚੱਲਦੀਆਂ ਰਿਕੁਐਸਟ ਕਰਨਾ ਚਾਹਨਾ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਨੂੰ ਸਕੂਲ ਦੇ ਵਿੱਚ ਮੋਬਾਈਲ ਬੰਦ ਕਰਵਾਓ ਇਹਨੇ ਨਾਲ ਕੁਛ ਨਹੀਂ ਮਿਲਣਾ ਆਪਣਾ ਪੰਜਾਬ ਬਹੁਤ ਬਹੁਤ ਜ਼ਿਆਦਾ ਬਰਬਾਦ ਹੋ ਗਿਆ ਜੀ ਬਸ ਅੱਜ ਦੀ ਇਹੋ ਮੇਰੀ ਵੀਡੀਓ ਹੈ ਪਲੀਜ਼ ਚੰਗੀ ਲੱਗੇਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਾਚ ਇੱਕ ਮਿੰਟ ਆ ਜਾਓ Thank you. Can't be bad.